ਜੇ ਮੈਂ 39 ਸਾਲ ਤੋਂ ਕਾਂਗਰਸੀ ਹਾਂ ਤਾਂ ਮੇਰੀ ਕੋਈ ਪੁੱਛ ਗਿੱਛ ਹੀ ਨਹੀਂ ਹੈ। ਇਹੋ ਜਿਹੇ ਬੰਦੇ ਨੂੰ ਦਰਕਿਨਾਰ ਕਰਕੇ ਇੱਕ ਉਸ ਬੰਦੇ ਨੂੰ ਜਿਹਨੇ ਕਿ ਹਮੇਸ਼ਾ ਹੀ ਪਾਰਟੀ ਦੀ ਮੁਖਾਲਫਤ ਕੀਤੀ ਹੈ ਉਹਨੂੰ ਤੁਸੀਂ ਚੇਅਰਮੈਨ ਨਹੀਂ ਲਾਉਣਾ, ਇਹ ਸਾਡਾ ਗਿਲਾ ਪਾਰਟੀ ਨਾਲ, ਹੋਰ ਕੋਈ ਗਿਲਾ ਨਹੀਂ ਹੈ। ਕੀਤਾ ਉਹ ਕੀਤਾ, ਲੇਕਿਨ ਜਦ ਸਰਕਾਰ 'ਚ ਔਰ ਪਾਰਟੀ 'ਚ ਜਦ ਉਹਦਿਆਂ ਦੀ ਵਾਰੀ ਆਉਂਦੀ ਹੈ ਤਾਂ ਫਿਰ ਉਹ ਦੂਸਰੇ ਬੰਦਿਆਂ ਨੂੰ ਜਿਹੜੇ ਪਾਰਟੀਸਪੇਟ ਨਹੀਂ ਕਰ ਰਹੇ ਹੁੰਦੇ ਆ, ਜਿਨ੍ਹਾਂ ਨੇ ਪਾਸਟ ਵਿੱਚ ਪਾਰਟੀ ਦੀ ਵਿਰੋਧਤਾ ਕੀਤੀ ਹੁੰਦੀ ਹੈ, ਤਾਂ ਸਮ ਉਹ ਕਿਤੇ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਮੈਨੀਪੁਲੇਟ ਕਰਕੇ ਉਹ ਚੀਜ਼ਾਂ ਉਹ ਲੈ ਜਾਂਦੇ ਆ, ਅਤੇ ਇਹ ਤਾਂ ਫਿਰ ਇੱਕ ਨੈਚੁਰਲ ਪ੍ਰੋਸੈਸ ਹੈ ਵੀ ਬੰਦੇ ਨੂੰ ਦੁੱਖ ਹੋਏਗਾ ਵੀ। ਕਾਂਗਰਸ 'ਚ ਬਾਗੀ ਸੁਰਾਂ ਮੱਧਮ ਨਹੀਂ ਪੈ ਰਹੀਆਂ। ਇੱਕ ਤੋਂ ਬਾਅਦ ਇੱਕ ਕੱਟੜ ਕਾਂਗਰਸੀ ਆਪਣੀ ਹੀ ਸਰਕਾਰ ਖਿਲਾਫ਼ ਹੱਲਾ ਬੋਲ ਰਿਹਾ ਹੈ, ਆਪਣੀ ਪਾਰਟੀ ਦੀਆਂ ਚੂਲਾਂ ਹਿਲਾਉਣ ਲਈ ਕਾਂਗਰਸੀਆਂ ਦੀ ਤਾਬੜ ਤੋੜ ਬਿਆਨਬਾਜ਼ੀ ਲਗਾਤਾਰ ਸਾਹਮਣੇ ਆ ਰਹੀ ਹੈ। ਬਟਾਲਾ ਦੇ ਮੌਜੂਦਾ ਵਿਧਾਇਕ ਤ੍ਰਿਪਤ ਰਜਿੰਦਰ ਬਾਜਵਾ ਅਤੇ ਕਾਂਗਰਸ ਦੇ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਦੀ ਤੂ-ਤੂ ਮੈਂ-ਮੈਂ ਸਾਹਮਣੇ ਆਉਂਦੀ ਹੈ। ਹੁਣ ਦੋਵਾਂ ਨੇਤਾਵਾਂ ਦੇ ਵਰਕਰ ਵੀ ਇਸ 'ਚ ਸ਼ਾਮਿਲ ਹੋ ਰਹੇ ਨੇ। ਸੋਸ਼ਲ ਮੀਡੀਆ ਦੇ ਜ਼ਰੀਏ ਦੋਵਾਂ 'ਚ ਸ਼ਬਦੀ ਵਾਰ ਸਾਹਮਣੇ ਆ ਰਹੇ ਨੇ। ਰੌਲਾ ਹੈ ਪਲੈਨਿੰਗ ਬੋਰਡ ਦੇ ਚੇਅਰਮੈਨ ਦੀ ਕੁਰਸੀ ਦਾ। ਇਹ ਲਿਖਿਆ ਕਿ ਕੰਮ ਕਰਨ ਵਾਲੇ ਕਾਂਗਰਸ ਦੀ ਕਦਰ ਜਿਹੜੀ ਹੈ ਪਾਰਟੀ 'ਚ ਖਤਮ ਹੋ ਗਈ ਹੈ। ਜਿਹੜੇ ਬੰਦੇ, ਚਲੋ ਮੇਰੀ ਤਾਂ ਇੰਨੀ ਉਮਰ ਨਹੀਂ ਹੈ, 44-45 ਸਾਲ ਉਮਰ ਹੈ, ਫਿਰ ਵੀ ਮੈਨੂੰ ਵੀ ਤਕਰੀਬਨ 87 'ਚ ਅਸ਼ਵਨੀ ਜੀ ਰੱਖੇ ਨਾਲ ਜੀ ਛੋਟੇ ਛੋਟੇ ਹੁੰਦੇ ਸੀ, ਉਹਦੇ ਕਦੇ ਝੰਡੀਆਂ ਪੋਸਟਰ ਅਸੀਂ ਟੰਗਦੇ ਰਹੇ ਹਾਂ। ਉਸ ਲੈਵਲ ਤੋਂ ਅਸੀਂ ਲੀਡਰੀ ਸ਼ੁਰੂ ਕੀਤੀ ਅਤੇ ਮੇਰੇ ਫਾਦਰ 2 ਵਾਰੀ ਸ਼ਹਿਰ ਦੇ ਰਹੇ ਨੇ, ਆਪਣਾ ਪ੍ਰੈਜ਼ੀਡੈਂਟ ਮਿਊਂਸੀਪੈਲਿਟੀ ਦੇ, ਵਾਈਫ ਮੇਰੀ ਕੌਂਸਲਰ ਹੈ। ਬਟ ਹੁਣ ਜਿੱਦਾਂ ਕਾਫੀ ਬਜ਼ੁਰਗ ਬੰਦੇ ਵੀ ਪਾਰਟੀ 'ਚ ਹੈਗੇ ਨੇ, ਕਾਫੀ ਸੀਨੀਅਰ ਕਾਂਗਰਸੀ ਵੀ ਨੇ, ਤੁਸੀਂ ਥੋੜ੍ਹੇ ਦਿਨ ਪਹਿਲੇ ਪੇਪਰਾਂ 'ਚ ਵੀ ਪੜ੍ਹਿਆ, ਠੀਕ ਹੈ, ਸਾਡੇ ਬੜੇ ਸੀਨੀਅਰ ਕਾਂਗਰਸੀ ਆਗੂ ਨੇ ਆਪਣਾ ਦੁਖੜਾ ਰੋਇਆ ਅਖਬਾਰਾਂ 'ਚ ਕਿ ਮੈਂ 39 ਸਾਲ ਤੋਂ ਕਾਂਗਰਸੀ ਹਾਂ ਅਤੇ ਮੇਰੀ ਕੋਈ ਪੁੱਛ ਗਿੱਛ ਹੀ ਨਹੀਂ ਹੈ। ਇਹੋ ਜਿਹੇ ਬੰਦੇ ਨੂੰ ਦਰਕਿਨਾਰ ਕਰਕੇ ਇੱਕ ਉਸ ਬੰਦੇ ਨੂੰ ਜਿਹਨੇ ਕਿ ਹਮੇਸ਼ਾ ਹੀ ਪਾਰਟੀ ਦੀ ਮੁਖਾਲਫਤ ਕੀਤੀ ਹੈ ਉਹਨੂੰ ਤੁਸੀਂ ਚੇਅਰਮੈਨ ਨਹੀਂ ਲਾਉਣਾ, ਇਹ ਸਾਡਾ ਗਿਲਾ ਪਾਰਟੀ ਨਾਲ, ਹੋਰ ਕੋਈ ਗਿਲਾ ਨਹੀਂ ਹੈ। ਉੱਥੇ ਦੂਜੇ ਪਾਸੇ ਕਾਂਗਰਸੀ ਅਜੇ ਮਹਾਜਨ ਦਾ ਕਹਿਣਾ ਹੈ ਕਿ ਕਾਂਗਰਸ ਮੈਲੀ ਨਹੀਂ, ਚੰਦ ਨੇਤਾ ਇਸ ਨੂੰ ਮੈਲਾ ਕਰ ਰਹੇ ਨੇ। ਜਦ ਤੁਸੀਂ ਕਿਸੇ ਸੰਸਥਾ 'ਚ ਕੰਮ ਕਰ ਰਹੇ ਹੋ, ਓਬਵੀਅਸਲੀ ਹਰ ਬੰਦਾ ਜਿਹੜਾ ਕੰਮ ਕਰਦਾ ਉਹ ਚਾਹੁੰਦਾ ਵੀ ਉਹਨੂੰ ਵੀ ਉਹਦਾ ਕੋਈ ਮਾਣ ਸਨਮਾਨ ਜੋ ਉਹਦਾ ਬਣਦਾ ਉਹਨੂੰ ਪਾਰਟੀ 'ਚ ਸਰਕਾਰ 'ਚ ਉਹਨੂੰ ਮਿਲਣਾ ਚਾਹੀਦਾ। ਜਦੋਂ ਇਹ ਚੀਜ਼ਾਂ ਨਹੀਂ ਹੁੰਦੀਆਂ ਤਾਂ ਫਿਰ ਉਹ ਉਸ ਬੰਦੇ ਨੂੰ ਉਸ ਚੀਜ਼ ਦਾ ਇੱਕ ਮਨ ਦੇ ਉੱਤੇ ਇੱਕ ਦੁੱਖ ਆ ਜਾਂਦਾ, ਯਾਰ ਵੀ ਅਸੀਂ ਪਾਰਟੀ ਦਾ ਕੰਮ ਕਰਦੇ ਹਾਂ, ਅਸੀਂ ਇੰਨੀ ਦੇਰ ਤੋਂ ਪਾਰਟੀ ਦੇ ਨਾਲ ਜੁੜੇ ਹਾਂ, ਅਸੀਂ ਪਾਰਟੀ ਲਈ ਆਹ ਕੀਤਾ ਉਹ ਕੀਤਾ, ਲੇਕਿਨ ਜਦ ਸਰਕਾਰ 'ਚ ਔਰ ਪਾਰਟੀ 'ਚ ਜਦ ਉਹਦਿਆਂ ਦੀ ਵਾਰੀ ਆਉਂਦੀ ਹੈ ਤਾਂ ਫਿਰ ਉਹ ਦੂਸਰੇ ਬੰਦਿਆਂ ਨੂੰ ਜਿਹੜੇ ਪਾਰਟੀਸਪੇਟ ਨਹੀਂ ਕਰ ਰਹੇ ਹੁੰਦੇ ਆ, ਜਿਨ੍ਹਾਂ ਨੇ ਪਾਸਟ ਵਿੱਚ ਪਾਰਟੀ ਦੀ ਵਿਰੋਧਤਾ ਕੀਤੀ ਹੁੰਦੀ ਹੈ, ਤਾਂ ਸਮ ਉਹ ਕਿਤੇ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਮੈਨੀਪੁਲੇਟ ਕਰਕੇ ਉਹ ਚੀਜ਼ਾਂ ਉਹ ਲੈ ਜਾਂਦੇ ਆ, ਅਤੇ ਇਹ ਤਾਂ ਫਿਰ ਇੱਕ ਨੈਚੁਰਲ ਪ੍ਰੋਸੈਸ ਹੈ ਵੀ ਬੰਦੇ ਨੂੰ ਦੁੱਖ ਹੋਏਗਾ ਵੀ ਗੱਦਾਰ ਨੂੰ ਅਗਰ ਇਨਾਮ ਮਿਲੇਗਾ ਔਰ ਵਫਾਦਾਰ ਨੂੰ ਸਜ਼ਾ ਮਿਲੇਗੀ, ਅਤੇ ਇਹ ਇੱਕ ਰਿਜ਼ੈਂਟਮੈਂਟ ਦੀ ਭਾਵਨਾ ਆਉਣੀ ਇੱਕ ਲਾਜ਼ਮੀ ਹੋ ਜਾਂਦੀ ਹੈ। ਸਾਰੀਆਂ ਚੀਜ਼ਾਂ ਮੈਨੀਪੁਲੇਟ ਨਹੀਂ ਹੁੰਦੀਆਂ, ਬਟ ਫਿਊ ਥਿੰਗਸ ਆਰ ਮੈਨੀਪੁਲੇਟਡ। ਉੱਥੇ ਫਿਰ ਕੀ ਹੁੰਦਾ, ਉੱਥੇ ਫਿਰ ਵਰਕਰ 'ਚ ਇੱਕ ਰੋਸ ਆ ਜਾਂਦਾ ਵੀ ਕੰਮ ਮੈਂ ਕਰਦਾ, ਪਾਰਟੀ ਨਾਲ ਮੈਂ ਨਿਭਣਾ, ਜਿਹੜੇ ਬੰਦਿਆਂ ਨੇ ਪਾਰਟੀ ਨੂੰ ਡੈਮੇਜ ਕੀਤਾ, ਪਾਰਟੀ ਦੇ ਖਿਲਾਫ਼ ਕੰਮ ਕੀਤਾ, ਪਾਰਟੀ ਦੇ ਕੈਂਡੀਡੇਟਾਂ ਦੇ ਖਿਲਾਫ਼ ਕੰਮ ਕੀਤਾ। ਇਸ ਪੂਰੇ ਮਸਲੇ ਬਾਰੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਹੋ ਸਕਦਾ ਕਿ ਕੋਈ ਕੱਟੜ ਕਾਂਗਰਸੀ ਨਾਰਾਜ਼ ਹੋਵੇ। ਬਟਾਲਾ ਦੇ ਵਿੱਚ ਅਗਰ ਗੱਲ ਕੀਤੀ ਜਾਵੇ, ਜਿਹੜੇ ਕੱਟੜ ਕਾਂਗਰਸੀ ਨੇ, 35 ਸਾਲਾਂ ਤੋਂ ਪੁਰਾਣੇ ਨੇ ਵਰਕਰ ਨੇ, ਉਹ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦੇ ਉੱਤੇ ਕਾਂਗਰਸ ਦੇ ਖਿਲਾਫ਼ ਹੀ ਭੜਾਸ ਕੱਢਦੇ ਦਿਖਾਈ ਦੇ ਰਹੇ ਨੇ। ਉਹਨਾਂ ਦਾ ਕਹਿਣਾ ਕਿ ਪੁਰਾਣੇ ਵਰਕਰਾਂ ਨੂੰ ਇਗਨੋਰ ਕੀਤਾ ਜਾ ਰਿਹਾ, ਖਾਸ ਕਰਕੇ ਪਲੈਨਿੰਗ ਬੋਰਡ ਦੀ ਚੇਅਰਮੈਨ ਨੂੰ ਲੈ ਕੇ। ਦੇਖੋ, ਹੋ ਸਕਦਾ ਕੋਈ ਇਗਨੋਰ ਹੋਇਆ ਹੋਵੇ, ਪਰ ਅਸੀਂ ਤਾਂ ਸੇਠ ਸਾਹਿਬ ਨੂੰ ਕੰਪਲੇਂਟ ਕੀਤਾ, ਤੂੰ ਪੁਰਾਣਾ ਕਾਂਗਰਸੀ ਕੋਈ ਨਹੀਂ, ਇਸ ਪਲੈਨਿੰਗ ਬੋਰਡ ਬਣਿਆ ਮੈਂ,
ਗਿਣਦੇ ਤਾਂ ਉਹ ਵੀ ਆਪਣੇ ਆਪ ਨੂੰ ਕਾਂਗਰਸੀ ਨੇ ਡਾਕਟਰ ਨਜ਼ਰ ਸਾਹਿਬ, ਪਰ ਜਿਹੜਾ ਅਸਲਮ ਰਹਿ ਜਾਂਦਾ ਉਸ ਕਹਿੰਦਾ ਵੀ ਮੈਂ ਬਹੁਤਾ ਕਾਂਗਰਸੀ ਆ। ਸੋ ਲੋੜ ਤਾਂ ਹਰ ਇੱਕ ਨੂੰ ਕਮੋਡੇਟ ਕਰਨ ਦੀ ਹੈ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ। ਫੋਰ ਮੋਰ ਨਿਊਜ਼ ਅਪਡੇਟਸ ਐਂਡ ਐਂਟਰਟੇਨਮੈਂਟ ਵੀਡੀਓਜ਼, ਪਲੀਜ਼ ਸਬਸਕ੍ਰਾਈਬ ਆਰ ਚੈਨਲ। ਫੋਰ ਆਲ ਲੇਟੈਸਟ ਨੋਟੀਫਿਕੇਸ਼ਨ, ਡੋਂਟ ਫੋਰਗੇਟ ਟੂ ਪ੍ਰੈਸ ਦ ਬੈਲ ਆਈਕਨ।